ਸਾਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨਲ ਅਤੇ ਹੋਪ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਸਾਰੇ। ਅਤੇ ਅੱਜ ਮੈਂ ਅਤੇ ਮਨਪ੍ਰੀਤ ਆਏ ਹਾਂ ਜੀ ਕਾਰ ਲੈਣ ਲਈ। ਅਸੀਂ ਆਕਸ਼ਨ ਤੋਂ ਇੱਕ ਕਾਰ ਖਰੀਦੀ ਹੈ ਬਿੱਡ ਕਰਕੇ ਅਤੇ ਉਹ ਪਿੱਕ ਕਰਨ ਆਏ ਹਾਂ ਅਸੀਂ। ਅਤੇ ਡਿਟੇਲ ਦੇ ਦਿੱਤੀ ਹੈ ਮੈਂ ਆਪਣੇ ਲਾਇਸੈਂਸ ਦੀ ਉਹਨਾਂ ਨੂੰ ਜਿਹੜੀ ਕਾਰ ਲਈ ਸੀ। ਪੇਮੈਂਟ ਉਹਦੀ ਔਨਲਾਈਨ ਹੋ ਗਈ ਸੀ ਆਲਰੇਡੀ ਅਤੇ ਹੁਣ ਉਹ ਬੰਦਾ ਗਿਆ ਹੋਇਆ ਕਾਰ ਪਿੱਕ ਕਰਨ ਲਈ। ਅਤੇ ਬਹੁਤ ਵੱਡਾ ਯਾਰਡ ਹੈ ਆਕਸ਼ਨ। ਮੈਂ ਇੱਥੇ ਤੁਹਾਨੂੰ ਪਹਿਲਾਂ ਵੀ ਆਇਆ ਸੀ ਇੱਕ ਵਾਰੀ, ਮੈਂ ਵੀਡੀਓ ਬਣਾਇਆ ਸੀ ਇਸ ਆਕਸ਼ਨ ਦਾ ਅਤੇ ਤੁਹਾਨੂੰ ਦਿਖਾਉਂਦਾ ਮੈਂ ਵੀ ਕਿੰਨੀਆਂ ਕੁ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਅਤੇ ਕਿਹੜੀ ਅਸੀਂ ਕਾਰ ਲਈ ਹੈ ਉਹ ਵੀ ਤੁਹਾਨੂੰ ਹੁਣੇ ਦਿਖਾਉਂਦੇ ਹਾਂ। ਉਹ ਜੀ ਕਾਰ ਪਿੱਕ ਕਰ ਲਈ ਹੈ ਜੀ ਮੈਂ ਹੁਣ, ਅਤੇ ਮਨਪ੍ਰੀਤ ਆ ਰਹੀ ਹੈ ਪਿੱਛੇ ਪਿੱਛੇ ਮੇਰੇ ਦੂਜੀ ਕਾਰ 'ਤੇ। ਅਤੇ ਹੁਣ ਚੱਲਦੇ ਹਾਂ ਲੈ ਕੇ ਘਰ। ਇਹਨੂੰ ਨਾ ਵਾਸ਼ ਕਰਾਉਣਾ ਪੈਣਾ, ਥੋੜ੍ਹੀ ਗੰਦੀ ਹੈ ਅੰਦਰੋਂ, ਬਟ ਆਲ ਓਵਰ ਲੁੱਕਸ ਓਕੇ, ਸਾਰੇ ਫੀਚਰਸ ਹੈਗੇ ਨੇ ਗੱਡੀ 'ਚ। ਗਾਇਜ਼ ਫਾਈਨਲੀ ਪਹੁੰਚ ਗਿਆ ਮੈਂ ਘਰ, ਅਤੇ ਆਹ ਹੈਗੀ ਹੈ ਜੀ ਗੱਡੀ ਸਾਡੀ। ਤੁਹਾਨੂੰ ਅੰਦਰੋਂ ਮੈਂ ਬਾਅਦ 'ਚੋਂ ਦਿਖਾਊਂਗਾ, ਥੋੜ੍ਹੀ ਗੰਦੀ ਹੈ ਅਜੇ। ਇੱਕ ਮੀਂਹ ਮੂੰਹ ਪੈ ਗਿਆ ਅਤੇ ਹੋਰ ਗੰਦੀ ਹੋਈ ਪਈ ਬਾਹਰੋਂ ਵੀ, ਇੱਥੇ ਤੁਹਾਨੂੰ ਲੱਗ ਨਹੀਂ ਰਹੀ। ਵੋਲਵੋ XC60 ਇਹ ਅਸੀਂ ਘਰ ਦੇ ਯੂਜ਼ ਲਈ ਲਈ ਹੈ ਗੱਡੀ, ਇਹ ਨਵੀਂ ਨਹੀਂ ਹੈਗੀ, ਸੈਕਿੰਡ ਹੈਂਡ ਕਾਰ, ਲੱਖ ਕਿਲੋਮੀਟਰ ਚੱਲੀ ਹੈ, ਸਰਵਿਸ ਹਿਸਟਰੀ ਹੈਗੀ ਹੈ, ਅਤੇ ਘਰ ਛੋਟੇ ਮੋਟੇ ਕੰਮਾਂ ਲਈ ਆ ਗੱਡੀ ਲਈ ਹੈ ਹੁਣ। ਅਤੇ ਮਨਪ੍ਰੀਤ ਮੇਰੇ ਤੋਂ ਪਹਿਲਾਂ ਪਹੁੰਚ ਗਈ ਹੈ ਘਰ, ਅਤੇ ਹੁਣ ਚੱਲਦੇ ਹਾਂ ਜੀ ਘਰ ਦੇ ਅੰਦਰ। ਘਰ ਪਹੁੰਚੇ ਹਾਂ ਅਤੇ ਇੱਥੇ ਸਾਡਾ ਕੋਰੀਅਰ ਆਇਆ ਹੋਇਆ ਸੀ। ਆ ਜਿਹੜੀ ਮਸ਼ੀਨ ਅਸੀਂ ਲਾਸਟ ਵੀਕ ਲੈਣ ਗਏ ਸੀ ਨਾ, ਉਹ ਸਾਨੂੰ ਮਿਲੀ ਨਹੀਂ ਸੀ ਉਦੋਂ, ਅਤੇ ਅਸੀਂ ਔਨਲਾਈਨ ਔਡਰ ਕਰਤੀ ਸੀ। ਅਤੇ ਇਹ ਸਗੋਂ ਸਾਨੂੰ ਔਨਲਾਈਨ ਫਾਇਦਾ ਇਹ ਹੋ ਗਿਆ ਵੀ ਇਟ ਵਾਜ਼ ਔਨ 40% ਸੇਲ, ਅਤੇ ਇਹਦੀ ਐਕਚੁਅਲ ਪ੍ਰਾਈਜ਼ ਆਈ ਥਿੰਕ $700 ਸੀਗੀ, ਐਂਡ ਵੀ ਗੋਟ ਇਟ ਫੋਰ $400, ਵਿਚ ਇਜ਼ ਲਾਈਕ 20,000 ਇੰਡੀਆ ਦਾ, ਐਂਡ ਇਟਸ ਅ ਟੋਟਲੀ ਕੰਪਿਊਟਰਾਈਜ਼ਡ ਸੂਇੰਗ ਮਸ਼ੀਨ। ਅਤੇ ਦੇਖੋ ਹੁਣ ਮਨਪ੍ਰੀਤ ਚਲਾਏਗੀ ਕਿ ਨਹੀਂ, ਇਹਨੂੰ ਚਲਾਉਣੀ ਆਏਗੀ ਕਿ ਨਹੀਂ, ਨਹੀਂ ਤਾਂ ਆਰਫ ਤਾਂ ਚਲਾ ਹੀ ਲਏਗਾ ਹੁਣ। ਐਂਡ ਆਰਫ ਦਾ ਇਹ ਵੀ ਆ ਗਿਆ, ਦੇਖੋ ਮੈਗਨੈਟਸ, ਆਰਫ ਨੇ ਆਰਡਰ ਕੀਤੇ ਸੀ ਈਬੇ ਤੋਂ ਮੈਗਨੈਟਸ, ਐਂਡ ਫਾਈਨਲੀ ਇੱਕ ਵੀਕ ਬਾਅਦ ਉਹਨੂੰ ਮੈਗਨੈਟਸ ਮਿਲ ਗਏ ਨੇ, ਅਤੇ ਆਰਫ ਇਜ਼ ਵੈਰੀ ਹੈਪੀ। ਸੋ ਜੀ ਫਾਈਨਲੀ ਮਸ਼ੀਨ ਜਿਹੜੀ ਆਈ ਹੈ ਨਵੀਂ, ਇਹਦੀ ਕੱਪੜੇ ਸੀਨ ਵਾਲੀ ਸੂਇੰਗ ਮਸ਼ੀਨ, ਉਹਦਾ ਉਦਘਾਟਨ ਕਰਨ ਲੱਗੇ। ਵੈਸੇ ਤੇਰੇ ਮਤਲਬ ਦੀ ਚੀਜ਼ ਨਹੀਂ ਹੈਗੀ ਯਾਰ ਵਿੱਚ ਕੋਈ, ਤੈਨੂੰ ਪਤਾ ਸੋ ਜੀ ਆਹ ਦੇਖੋ ਜੀ ਨਵੀਂ ਕੱਪੜੇ ਸੀਨ ਵਾਲੀ ਬ੍ਰਦਰ ਕੰਪਨੀ ਦੀ ਸੂਇੰਗ ਮਸ਼ੀਨ ਹੈ ਜਿਹੜੀ ਕਿ ਅਸੀਂ ਔਨਲਾਈਨ ਔਡਰ ਕੀਤੀ ਸੀਗੀ, ਅਤੇ ਹੁਣ ਮੰਨ ਕੇ ਤੁਹਾਨੂੰ ਓਪਨ ਕਰ ਲਈਏ। ਚਲੋ ਜੀ ਆਹ ਇਹਦੇ ਵਿੱਚ ਪੈਕ ਹੋਈ ਹੈ, ਡੱਬੇ 'ਚੋਂ ਆਹ ਥਰਮਾਕੋਲ ਜਿਹਾ ਨਿਕਲਿਆ ਅਤੇ ਇਹਦੇ ਵਿੱਚ ਆਈ ਥਿੰਕ ਇਹਨੂੰ ਪੈਕ ਕੀਤਾ ਗਿਆ। ਇਹਦੇ ਨਾਲ ਮਿਲਿਆ ਜੀ ਇੱਕ ਵਾਇਰ ਹੈ, ਇੱਕ ਆ ਫੁੱਟ ਵਾਲਾ, ਇਹਨੂੰ ਉੱਥੇ ਪ੍ਰੈਸ ਕਰਕੇ ਆਈ ਥਿੰਕ ਮਸ਼ੀਨ ਚੱਲੇਗੀ, ਅਤੇ ਪਲੱਸ ਪੈਡਲ ਹੈ ਨਾ, ਥੋੜ੍ਹਾ ਬਹੁਤਾ ਹੋਰ ਕੁਛ ਹੋਣਾ। ਛੋਟਾ ਵੱਡਾ ਕੋਈ ਵੀ ਪੈਂਟ ਆ ਪਜਾਮੇ ਨੂੰ, ਤੇ ਆ ਨੋਰਮਲ ਸੀਨ ਹੁੰਦੀ ਆ ਨਾ ਜਿਵੇਂ, ਤੇ ਹੋਰ ਥੋੜੇ ਜਿਵੇਂ ਆ ਦੇਖੋ ਕਢਾਈ ਆਟੋਮੈਟਿਕ ਆ, ਉੱਥੇ ਨੰਬਰ ਜਿਹਾ ਦਬਾ ਦੋ ਤੇ ਆਪੇ ਚਲੀ ਜਾਂਦਾ, ਤੇ ਉਹ ਸਿਲੈਕਟ ਕਰ ਕਰਕੇ ਮੈਨੂੰ ਵੀ ਰੀਡੀ ਕਰਨਾ ਪੈਣਾ ਹੈ ਚੋ ਕੀ ਕੁਛ ਆ ਦੇਖੋ ਬੁਕਲੈਟ ਜੀ, ਆ ਪੂਰੀ ਬੁਕਲੈਟ ਮਿਲੀ ਆ ਦਾ ਨਾ ਉਹਦਾ ਜੀ। ਸੋ ਜੀ ਗੱਡੀ ਆਪਾਂ ਸਾਫ ਕਰ ਲਈ ਹੈ ਜਿਵੇਂ ਤੁਹਾਨੂੰ ਦਿਖਾਉਣਾ ਮੈਂ ਹੁਣੇ, ਤੇ ਹੁਣ ਆਏ ਸੀ ਆਪਾਂ ਡਰਾਈਵ ਤੇ ਇੱਕ ਵਾਰੀ ਵੀ ਚਲਾਨ, ਗੋਪੀ ਚਲਾ ਰਿਹਾ ਇਸ ਟਾਈਮ, ਮਨਪ੍ਰੀਤ ਨੇ ਆਪਣੀ ਵਾਰੀ ਲੈ ਲਈ ਹੈ ਅਤੇ ਆਰਵ ਵੀ ਨਾਲ ਬੈਠਾ ਹੋਇਆ, ਅਤੇ ਤੁਹਾਨੂੰ ਮੈਂ ਹੁਣ ਗੱਡੀ ਦਿਖਾਉਣਾ ਅੰਦਰੋਂ। ਪਹਿਲਾਂ ਤਾਂ ਬਹੁਤ ਗੰਦੀ ਸੀ ਜਦੋਂ ਅਸੀਂ ਲਿਆਂਦੀ ਹੈ, ਮੈਨੂੰ ਲੱਗਦਾ ਬੜੇ ਦਿਨ ਦੀ ਖੜੀ ਸੀ ਨਾ ਉੱਥੇ ਆਪਸ਼ਨ 'ਚ, ਅਤੇ ਬਹੁਤ ਗੰਦੀ ਹੋ ਗਈ ਸੀ, ਅਤੇ 1.5-2 ਘੰਟੇ ਲੱਗੇ ਅੰਦਰੋਂ ਮੈਨੂੰ ਸਾਰੀ ਸਾਫ਼ ਸੂਫ ਕਰ ਲਈ ਹੈ। ਕੱਲ੍ਹ ਨੂੰ ਲੈ ਕੇ ਜਾਊਂਗਾ ਮਕੈਨਿਕ ਕੋਲ, ਇਹਦੀ ਸਰਵਿਸ ਕਰਾ ਲਾਂਗੇ ਇੱਕ ਵਾਰੀ, ਅਤੇ ਕੋਈ ਜੇ ਮਾੜਾ ਮੋਟਾ ਕੰਮ ਹੋਣ ਵਾਲਾ ਹੋਵੇਗਾ ਉਹ ਦੱਸ ਦੇਗਾ ਨਾਲੇ ਕੀ ਹੋਣ ਵਾਲਾ, ਅਤੇ ਬਸ ਆਹੀ ਹੈ ਜੀ। ਹੁਣ ਤੁਹਾਨੂੰ ਗੱਡੀ ਦਿਖਾਉਂਦੇ ਹਾਂ ਅੰਦਰੋਂ।
ਦੇਖੋ ਜਿਹੜੀ ਆਰਬ ਦੀ ਉਹ ਮੈਗਨੇਟਸ ਆਈਆਂ ਸੀ ਨਾ ਜਿਹੜੀ ਉਹ ਛੋਟੀ ਛੋਟੀ ਅੱਜ ਜਿਹੜੀ ਉਹਦੇ ਨਾਲ ਕੋਰੀਅਰ ਚ ਆਈਆਂ ਸੀ ਆਰਬ ਨੇ ਦੇਖੋ ਉਹਦਾ ਕੀ ਬਣਾਇਆ ਉਤਾਰ ਕੇ ਦਿਖਾ ਬੇਟਾ ਇਹਨੂੰ ਆ ਦੇਖੋ ਉਹ ਸੋ ਇਹ ਮੈਗਨੇਟ ਦਾ ਨੈਕਲੈਸ ਬਣਾ ਲਿਆ ਆਰਬ ਨੇ ਇਟ ਲੁਕਸ ਲਿਟਲ ਬਿਟ ਗਰਲਿਸ਼ ਬਟ ਇਟਸ ਓਕੇ ਇਟ ਲੁਕਸ ਗੁੱਡ ਔਨ ਹਿਮ ਸੋ ਇਹਦਾ ਬਹੁਤ ਕੁਝ ਬਣਦਾ ਕੈਨ ਯੂ ਮੇਕ ਸਮਾਲ ਈਅਰਿੰਗ ਇਹ ਟੋਪ ਆਰਬ ਕੈਨ ਯੂ ਸ਼ੋ ਅਸ ਛੋਟਾ ਜਿਹਾ ਇਹ ਟੋਪ ਇੱਕ थैंक यू सारे दा जी अज्ज दा वीडियो देखने लई ते होप तुहानू सारयां नू वीडियो चंगा लगा होएगा ते होप तुहानू साडी नवी कार भी चंगी लगी होएगी मैनू कार बहुत चंगी लगी सी असी ई ड्राइव ते गया ਗਏ ਸੀ ਇਹ ਕਾਰ ਦੇ ਵਿੱਚ ਇਟਸ ਤੇ ਇਹ ਓਵਰਆਲ ਗੁੱਡ ਸੀ ਇਹ ਤੇ ਗਾਇਸ ਚੈਨਲ ਨੂੰ ਪਲੀਜ਼ ਵੀਡੀਓਜ਼ ਸਾਡੀ ਲਾਈਕ ਕਰੋ ਕਮੈਂਟ ਕਰੋ ਵੀ ਇਹ ਚੰਗੀ ਲੱਗੀ ਕਿ ਨਹੀਂ ਤੇ ਜੇ ਮਿਸਟੇਕ ਜਾਂ ਕੋਈ ਇਹ ਪਲੀਜ਼ ਇਸ ਸਾਨੂੰ ਦੱਸੋ ਫਿਰ ਅਸੀਂ ਇੰਪਰੂਵ ਕਰਾਂਗੇ ਇਹ ਤੇ ਸ਼ੇਅਰ ਕਰੋ ਅੱਧੀ ਵੀਡੀਓਜ਼ ਤੇ ਪਲੀਜ਼ ਮੋਸਟ ਇੰਪੋਰਟੈਂਟਲੀ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਚੈਨਲ ਨੂੰ ਤੇ ਸਬਸਕ੍ਰਾਈਬ ਬਟਨ ਤੇ ਨੈਕਸਟ ਇੱਕ ਬੈਲ ਆਈਕੋਨ ਹੈ ਪਲੀਜ਼ ਉਹ ਪ੍ਰੈਸ ਕਰੋ ਤੇ ਆਪਸ਼ਨ ਸਿਲੈਕਟ ਕਰੋ ਆਲ ਫਿਰ ਸਾਰੇ ਨਵੀਂ ਵੀਡੀਓ ਦੀ ਸਾਰੇ ਨਵੀਂ ਵੀਡੀਓ ਦੀ ਇਹ ਨੋਟੀਫਿਕੇਸ਼ਨ ਆਉਂਦੀ ਆ ਤੇ ਮਿਲਦੇ ਆ ਜੀ ਨਵੀਂ ਵੀਡੀਓ ਚ ਨੈਕਸਟ ਵੀਡੀਓ ਚ ਅੰਟਿਲ ਦੈਨ ਬਾਏ ਬਾਏ ਟੇਕ ਕੇਅਰ ਸੀ ਯੂ ਗਾਇਜ਼